देखो अन्नो सारा सामान। वाह मेरे वीरे ने भेजे। देखो तो सही। वीरे ने कितू भेजता? झूठ बोली जानी। ओ जम्मू है, तू इत्थे है। मैं चाहे इत्थे हाँ ते वीरा चाहे उत्थे है, मैं जिथे मर्जी आवां पर मेरा वीरा हर एक त्यौहार मैनू एन मौके ते भेज दिंदा है। दिलां च प्यार ही एना है, वीरा ते मैनू प्यार ही बड़ा करदा है। मैं की करां? करना ते तुसी की है? करना कराना कुछ भी नहीं, तुसी मेरे नाल सिर्फ समान देखो। देखो ड्राई फ्रूट देखो तो सही। वाह किन्निया सोहनिया चॉकलेटा, सारिया मेरिया फेवरेट। वाह जी वाह, किन्ने सोहने गिफ्ट भेजे ने वीर ने। वाह हे रब्बा, मेरे वीर नू लंबिया उमरां बख्शी, मेरे वीर नू तत्ती हवा ना लगे। ड्रामे वाह दुनिया, भरा ने गिफ्ट भेजते ने ते दुआवां ते जे ना कुछ भेजदा तो फिर उन्हें बदुआवं देनिया चालू कर देनिया। पैसों की भुखी दुनिया। जे वह गिफ्ट ना भी भेजदा ना तो इस दिल चों ओदे वास्ते तां भी दुआवें ही निकलनिया सी, क्योंकि भैन भरा का प्यार ही इन्ना हुंदा। तुहानू की पता, तुहाडी तां अपनी भैन नाल बनदी नहीं। ऐ देखो तो सही, ऐ देखो ड्राई फ्रूट्स भेजे ने, देखो ना। सोनी देखी जाना, मैं ही करा तेरे लिए भेजियां ना तेरे भरा ने चीजा, तो तू देखी जा, मैनू क्यों परेशान कर रही है? अपनी भैन नाल तुहाडी बनदी नहीं ते दूसरे की भैन नू तुसी खुश नहीं होण दे रहे, एवें सड़ी जा रहे हो। जाओ जाके अपनी भैन नू भी गिफ्ट दे आओ, मैं कहड़ा तुहानू मना कीता। इस तरह फालतू दीआं गल्लां ना मेरे नाल करिया कर, अपनियां सलाहां अपने कोल रख। आ गई समझ? हुण तेरे कहण दा मतलब मैं उहदे कोल जाके माफ़ी मंगा ते उहनू जाके गिफ्ट दे के आवां। इन्ना पागल नहीं है मैं, वड्डा उहदे तों। ते फिर की हो गया, मंग लो माफ़ी, ਕਿਹੜਾ ਛੋਟੇ ਹੋ ਚੱਲੇ ਹੋ, ਦੇ ਆਓ ਜਾ ਕੇ ਤੁਸੀਂ ਵੀ ਗਿਫਟ ਉਹਨੂੰ। ਬੜੀ ਸਮਝਦਾਰ ਹੈ ਤੂੰ, ਮੈਂ ਮਾਫੀਆਂ ਮੰਗਾਂ ਉਹਦੇ ਕੋਲੋਂ, ਗਲਤੀ ਕੀਤੀ ਉਹਨੇ, ਬੈਂਸੀ ਉਹ, ਅਤੇ ਮਾਫੀਆਂ ਵੀ ਮੈਂ ਮੰਗਾਂ। ਆਪਣੀ ਸਲਾਹ ਆਪਣੇ ਕੋਲ ਹੀ ਰੱਖ। ਅਤੇ ਫਿਰ ਕੀ ਹੋ ਗਿਆ, ਜਦੋਂ ਛੋਟੇ ਹੁੰਦੇ ਸੀ ਤੇ ਤਾਂ ਨਹੀਂ ਸੀ ਮਾਫੀ ਮੰਗਦੇ? ਜਿਹਦੀ ਗਲਤੀ ਹੁੰਦੀ ਸੀ ਉਹ ਮਾਫੀ ਮੰਗ ਲੈਂਦਾ ਸੀ ਨਾ, ਤੇ ਹੁਣ ਵੱਡੇ ਹੋ ਕੇ ਕਿਹੜਾ ਐਸਾ ਭੂੰਡ ਲੜ ਗਿਆ, ਬੜੀ ਈਗੋ ਹਰਟ ਹੋ ਜਾਂਦੀ ਹੈ ਵੀ ਮੈਂ ਨਹੀਂ ਮਾਫੀ ਮੰਗਦਾ। ਕਿਉਂ ਕਿਉਂ ਨਹੀਂ ਮੰਗਦਾ ਮਾਫੀ? ਮਾਫੀ ਮੂਫੀ ਵਾਲੀ ਗੱਲ ਛੱਡ, ਪਹਿਲੇ ਮੈਨੂੰ ਇਹ ਗੱਲ ਦੱਸ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੇਰੀ ਨਨਾਣ ਨਾਰਾਜ਼ ਹੋਈ ਹੈ, ਤੇਰਾ ਖਰਚਾ ਬਚ ਰਿਹਾ, ਤੇ ਤੂੰ ਮੈਨੂੰ ਮਾਫੀਆਂ ਮੰਗਣ ਨੂੰ ਕਹਿ ਰਹੀ ਹੈ, ਤੂੰ ਕਿਹੋ ਜਿਹੀ ਭਾਬੀ ਹੈ? ਇਸ ਤਰ੍ਹਾਂ ਮੈਂ ਵੀ ਕਿਸੇ ਦੀ ਨਨਾਣ ਹਾਂ ਅਤੇ ਅੱਗੇ ਮੇਰੀ ਵੀ ਭਰਜਾਈ ਹੈ, ਜਿੱਦਾਂ ਦਾ ਮੈਂ ਕਰਾਂਗੀ ਨਾ ਆਪਣੀ ਨਨਾਣ ਨਾਲ ਉਦਾਂ ਦਾ ਹੀ ਮੇਰੀ ਭਰਜਾਈ ਫਿਰ ਮੇਰੇ ਨਾਲ ਵੀ ਕਰੇਗੀ, ਠੀਕ ਹੈ? ਅਤੇ ਹੁਣ ਵੈਸੇ ਵੀ ਟਾਈਮ ਚੇਂਜ ਹੋ ਚੁੱਕਿਆ, ਉਹ ਨਨਾਣਾਂ ਅਤੇ ਉਹ ਭਰਜਾਈਆਂ ਪਹਿਲੇ ਵਾਲੀਆਂ ਨਹੀਂ ਰਹੀਆਂ। ਪਹਿਲੇ ਹੁੰਦਾ ਸੀ ਜੋ ਹੁੰਦਾ ਸੀ, ਅੱਜ ਕੱਲ੍ਹ ਤਾਂ ਨਨਾਣ ਭਰਜਾਈ ਦਾ ਰਿਸ਼ਤਾ ਇੱਕ ਸਹੇਲੀਆਂ ਵਰਗਾ ਅਤੇ ਇੱਕ ਭੈਣਾਂ ਵਰਗਾ। ਅੱਛਾ ਜੀ, ਤੂੰ ਤਾਂ ਬੜੀ ਸਮਝਦਾਰ ਹੋ ਗਈ ਹੈ ਸੋਨੀ, ਕਮਾਲ ਹੀ ਹੋ ਗਈ ਤੇਰੇ ਵਾਲੀ ਤਾਂ। ਸਮਝਦਾਰ ਮੈਂ ਅੱਜ ਨਹੀਂ, ਸਮਝਦਾਰ ਮੈਂ ਪਹਿਲੇ ਹੀ ਸੀ। ਨਾਲ ਮੈਨੂੰ ਇੱਕ ਗੱਲ ਦੱਸੋ, ਮੈਂ ਕਿਹੜੇ ਦਿਨ ਤੁਹਾਨੂੰ ਤੁਹਾਡੀ ਭੈਣ ਦੇ ਖਿਲਾਫ ਕੀਤਾ ਜਾਂ ਤੁਹਾਡੇ ਭਰਾ ਦੇ ਖਿਲਾਫ ਕੀਤਾ? ਜਿੱਦਾਂ ਮੇਰੇ ਰਿਸ਼ਤੇ ਨੇ ਉੱਦਾਂ ਹੀ ਤੁਹਾਡੇ ਵੀ ਰਿਸ਼ਤੇ ਨੇ, ਅਤੇ ਰਿਸ਼ਤੇ ਤੋੜ ਕੇ ਕੋਈ ਫਾਇਦਾ ਨਹੀਂ। ਜਿਹੜੀ ਇੱਕ ਸਮਝਦਾਰ ਔਰਤ ਹੁੰਦੀ ਹੈ ਨਾ, ਉਹ ਹਮੇਸ਼ਾ ਰਿਸ਼ਤੇ ਜੋੜਦੀ ਹੈ। ਇਸ ਤਰ੍ਹਾਂ ਅੱਜ ਛੋਟੀ ਦੀਵਾਲੀ ਹੈ, ਦਿਨ ਤਿਉਹਾਰ ਹੈ, ਅਤੇ ਮੈਂ ਇੱਥੇ ਤੇਰਾ ਰਿਸ਼ਤਿਆਂ ਦੇ ਉੱਤੇ ਲੈਕਚਰ ਨਹੀਂ ਸੁਣਨਾ। ਆਪਣਾ ਸਮਾਨ ਚੱਕ ਜਿਹੜਾ ਤੇਰੇ ਭਰਾ ਨੇ ਭੇਜਿਆ, ਅਤੇ ਜਾ ਕਮਰੇ 'ਚ ਜਾ ਅਤੇ ਆਪਣਾ ਸਮਾਨ ਦੇਖ ਅਤੇ ਖੁਸ਼ ਹੋ, ਮੇਰਾ ਨਾ ਦਿਮਾਗ ਖਾ। ਟਿੰਮੀ ਦੀਵਾਲੀ ਇੱਕ ਇਹੋ ਜਿਹਾ ਤਿਉਹਾਰ ਹੈ ਕਿ ਸਾਰੇ ਧਰਮ ਰਲ ਮਿਲ ਕੇ ਮਨਾਉਂਦੇ ਨੇ ਔਰ ਸਾਰੇ ਆਪਣੇ ਆਪਣਿਆਂ ਦੇ ਨਾਲ ਮਨਾਉਂਦੇ ਨੇ। ਇੱਕ ਤੁਸੀਂ ਦੋਨੋਂ ਇਹੋ ਜਿਹੇ ਭੈਣ ਭਰਾ ਹੋ ਜਿਹੜੇ ਇਸ ਟਾਈਮ ਰੁੱਸ ਕੇ ਬੈਠੇ ਹੋ ਇੱਕ ਦੂਸਰੇ ਨਾਲ, ਔਰ ਮੈਨੂੰ ਚੰਗਾ ਨਹੀਂ ਲੱਗ ਰਿਹਾ। ਫਿਰ ਹੁਣ ਮੈਂ ਕੀ ਕਰਾਂ? ਟਿੰਮੀ ਕਰਨਾ ਤਾਂ ਤੁਸੀਂ ਕੀ ਹੈ, ਮੈਂ ਇਹੀ ਚਾਹੁੰਦੀ ਹਾਂ ਕਿ ਤੁਸੀਂ ਉਸ ਕੁੜੀ ਨੂੰ ਦੀਵਾਲੀ ਦੇ ਕੇ ਆਓ। ਦੇਖੋ ਬੋਲਣ ਤੋਂ ਪਹਿਲਾਂ ਨਾ ਪਹਿਲੇ ਮੇਰੀ ਸਾਰੀ ਗੱਲ ਸੁਣ ਲਓ।
ਤੁਹਾਨੂੰ ਵੀ ਪਤਾ ਹੈ ਕੁੜੀ ਦੇ ਸਿਰ ਤੇ ਪਿਓ ਨਹੀਂ ਹੈਗਾ ਉਹਦੀ ਮਾਂ ਵੀ ਇੱਥੇ ਨਹੀਂ ਹੈਗੀ ਉਹਦਾ ਪੇਕਾ ਪਰਿਵਾਰ ਤੇ ਤੁਸੀਂ ਹੋ ਨਾ ਜੇ ਤੁਸੀਂ ਉਸ ਧੀ ਧਿਆਨੀ ਨੂੰ ਦੀਵਾਲੀ ਦੇ ਆਓਗੇ ਤੇ ਉਹ ਵੀ ਤੁਹਾਨੂੰ ਸੀਸਾਂ ਹੀ ਦੇਗੀ ਉਹ ਤੁਹਾਡਾ ਇੰਤਜ਼ਾਰ ਹੀ ਕਰ ਰਹੀ ਹੋਏਗੀ ਜਾਣਾ ਤੁਸੀਂ ਵੀ ਉੱਥੇ ਚਾਹੁੰਦੇ ਹੋ ਮੈਂ ਕੱਲ ਦੀ ਦੇਖ ਰਹੀ ਹਾਂ ਤੁਸੀਂ ਪੂਰੇ ਪਰੇਸ਼ਾਨ ਹੋ ਰਹੇ ਹੋ ਪਰ ਗੱਲ ਕੀ ਹੈ ਕਿ ਅੱਗੇ ਈਗੋ ਆ ਰਹੀ ਹੈ ਤੁਸੀਂ ਸੋਚ ਰਹੇ ਹੋ ਵੀ ਮੈਂ ਜਾਵਾਂ ਕਿ ਮੈਨੂੰ ਮਾਫ਼ੀ ਮੰਗਣੀ ਪਏਗੀ ਟਿੰਮੀ ਇਹ ਗੱਲਾਂ ਚੰਗੀਆਂ ਨਹੀਂ ਦਿਨ ਤਿਉਹਾਰ ਹੈ ਅਤੇ ਇਹ ਤਿਉਹਾਰ ਨੂੰ ਰਲ ਮਿਲ ਕੇ ਮਨਾਉਂਦੇ ਹਾਂ ਆ ਜਾਓ ਚੱਲਦੇ ਹਾਂ ਕੁਛ ਨਹੀਂ ਘਟਦਾ ਫਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਲੱਗਦਾ ਹੈ ਠੀਕ ਹੈ ਨਾ ਆ ਜਾਓ ਚੱਲਦੇ ਹਾਂ ਉਹਨੂੰ ਦੀਵਾਲੀ ਦੇ ਕੇ ਆਉਂਦੇ ਹਾਂ ਚੱਲ ਠੀਕ ਹੈ ਤੇਰੀ ਗੱਲ ਮੈਂ ਮਾਫ਼ੀ ਵੀ ਮੰਗ ਲੈਂਦਾ ਚਾਹ ਜਾਂਦਾ ਪਰ ਉਹ ਛੋਟੀ ਹੈ ਉਹ ਇੱਕ ਵਾਰ ਫੋਨ ਨਹੀਂ ਕਰ ਸਕਦੀ ਕਿ ਵੀਰੇ ਦੀਵਾਲੀ ਹੈ ਆਈ ਘਰ ਕੀ ਪਤਾ ਤੁਹਾਡਾ ਇੰਤਜ਼ਾਰ ਕਰਦੀ ਹੋਏ ਅਤੇ ਸੋਚਦੀ ਹੋਏ ਵੀ ਮੇਰਾ ਮਾਜ ਆਇਆ ਆਏਗਾ ਬਿਨਾਂ ਫੋਨ ਤੋਂ ਵੀ ਆਏਗਾ ਜਾਣਾ ਤਾਂ ਚਾਹੁੰਦਾ ਮੈਂ ਵੀ ਸੋਨੀ ਪਰ ਹੁਣ ਸਮਾਨ ਲੈਣ ਜਾਵਾਂਗੇ ਬਾਜ਼ਾਰ ਕਿੰਨਾ ਤਾਂ ਰਸ਼ ਹੈ ਕਦੋਂ ਸਮਾਨ ਲੈ ਕੇ ਆਵਾਂਗੇ ਕਦੋਂ ਜਾਵਾਂਗੇ ਇਸ ਗੱਲ ਦੀ ਟੈਨਸ਼ਨ ਤੁਸੀਂ ਨਾ ਲਵੋ ਇਹ ਜਿੰਨਾ ਵੀ ਸਮਾਨ ਹੈ ਨਾ ਇਹ ਸਾਰਾ ਮੈਂ ਤੁਹਾਡੀ ਭੈਣ ਵਾਸਤੇ ਲੈ ਕੇ ਆਈ ਹਾਂ ਤੂੰ ਤਾਂ ਕਹਿ ਰਹੀ ਹੈ ਸਾਰਾ ਸਮਾਨ ਮੇਰੇ ਵੀਰੇ ਨੇ ਭੇਜਿਆ ਮੈਨੂੰ ਤੇ ਮੇਰੇ ਵੀਰੇ ਨੇ ਕੈਸ਼ ਭੇਜਤਾ ਸੀ ਇਹ ਸਾਰਾ ਸਮਾਨ ਤੇ ਮੈਂ ਤੁਹਾਡੀ ਭੈਣ ਵਾਸਤੇ ਲੈ ਕੇ ਆਈ ਹਾਂ ਮੈਂ ਨਾ ਤੁਹਾਨੂੰ ਕੱਲ ਦੀ ਦੇਖ ਰਹੀ ਸੀ ਤੁਸੀਂ ਉਖੜੇ ਉਖੜੇ ਫਿਰ ਰਹੇ ਸੀ ਮੈਨੂੰ ਪਤਾ ਸੀ ਤੁਸੀਂ ਤੇ ਹਿੰਮਤ ਕਰਨੀ ਨਹੀਂ ਤੇ ਮੈਨੂੰ ਹੀ ਕੁਛ ਨਾ ਕੁਛ ਕਰਨਾ ਪੈਣਾ ਇੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਇੰਨਾ ਕਰ ਤੇ ਮੈਂ ਤੁਹਾਨੂੰ ਜਾਣ ਹੀ ਗਈ ਅੱਛਾ ਜੀ ਪਰ ਸਿਆਣੀਏ ਆ ਰੈਪ ਤੇ ਤੂੰ ਖੋਲ ਬੈਠੀ ਹੈ ਪੰਜੇਬਾਂ ਵੀ ਉਹਦੇ ਲਈ ਲਿਆਂਦੀਆਂ ਨੇ ਹਾਂ ਇੰਨਾ ਪਾਗਲ ਸਮਝਦੇ ਹੋ ਤੁਸੀਂ ਮੈਨੂੰ ਐ ਰੇ ਗਿਫਟ ਰੈਪ ਹਾਂਜੀ ਅੱਜ ਦੀਵਾਲੀ ਹੈ ਪਹਿਲੇ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਔਰ ਇਹ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਸੀ ਕਿ ਦੇਖੋ ਭੈਣ ਭਰਾਵਾਂ 'ਚ ਜਾਂ ਭਰਾਵਾਂ ਭਰਾਵਾਂ 'ਚ ਬਥੇਰੇ ਮਨ ਮਟਾਵ ਚੱਲਦੇ ਆ ਲੜਾਈਆਂ ਹੁੰਦੀਆਂ ਸਭ ਚੀਜ਼ਾਂ ਭੁੱਲ ਭੁਲਾ ਕੇ ਇੱਕ ਪਾਸੇ ਰੱਖ ਕੇ ਅਤੇ ਦੀਵਾਲੀ ਇਕੱਠੇ ਮਨਾਓ ਦੀਵਾਲੀ ਆਪਣਿਆਂ ਨਾਲ ਮਿਲ ਕੇ ਮਨਾਉਣ ਦਾ ਤਿਉਹਾਰ ਹੈ ਲੋਕਾਂ ਨਾਲ ਜਾਂ ਯਾਰਾਂ ਦੋਸਤਾਂ ਨਾਲ ਦੀਵਾਲੀ ਮਨਾਉਣ ਦਾ ਕੋਈ ਫਾਇਦਾ ਨਹੀਂ ਆਪਣੇ ਰਿਸ਼ਤੇਦਾਰ ਆਪਣੇ ਭੈਣ ਭਰਾ ਉਹਨਾਂ ਨਾਲ ਰਲ ਮਿਲ ਕੇ ਦੀਵਾਲੀ ਮਨਾਓ ਇੰਨਾ ਕੁ ਸਾਡਾ ਮੈਸੇਜ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡਾ ਉਪਰਾਲਾ ਦੀਵਾਲੀ ਦੇ ਉੱਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਲਾਈਕ ਵੀ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਸਾਡਾ ਫੇਸਬੁੱਕ ਪੇਜ ਫੋਲੋ ਨਹੀਂ ਕੀਤਾ ਪੇਜ ਫੋਲੋ ਕਰ ਲਓ ਜਿਹੜੇ ਯੂਟਿਊਬ ਉੱਤੇ ਦੇਖ ਰਹੇ ਨੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਸਾਡਾ ਨੋਟੀਫਿਕੇਸ਼ਨ ਪਹੁੰਚੇ ਮਿਲਦੇ ਹਾਂ ਜੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇੱਕ ਹੋਰ ਨਵੇਂ ਮੈਸੇਜ ਦੇ ਨਾਲ ਹੁਣ ਦਿਓ ਜੀ ਅੱਜ ਸਤਿ ਸ਼੍ਰੀ ਅਕਾਲ